ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਪ੍ਰਭਜੋਤ ਕੌਰ। ਪ੍ਰਭਜੋਤ ਕੌਰ, ਮੈਨੂੰ ਇਹ ਦੱਸੋ ਵੀ ਜਦੋਂ ਤੁਹਾਡਾ ਵਿਆਹ ਹੋ ਜਾਊਗਾ ਤੁਹਾਨੂੰ ਇੱਕ ਸੱਸ ਆਊਗੀ ਤੇ ਉਹ ਫਿਰ ਸੱਸ ਕਿਹੋ ਜਿਹੀ ਹੋਣੀ ਚਾਹੀਦੀ? ਸੱਸ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ। ਇਹ ਕਹਿੰਦੇ ਵੀ ਸੱਸ ਚੰਗੀ ਹੋਵੇ ਨਹੀਂ ਤੇ ਫੋਟੋ ਟੰਗੀ ਹੋਵੇ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਖੰਨਾ, ਪੰਜਾਬ। ਹਾਂਜੀ, ਖੰਨਾ ਪੰਜਾਬ। ਖੰਨਾ ਇੱਥੇ ਫਿਰ ਹੋਸਟਲ ਦੇ ਵਿੱਚ? ਹਾਂਜੀ, ਹੋਸਟਲ। ਤੇ ਇਹ ਚੰਡੀਗੜ੍ਹ ਕਿਉਂ ਚੁਣਿਆ ਵੀ ਮੈਂ ਇੱਥੇ ਪੜ੍ਹਨਾ? ਵਧੀਆ ਮਾਹੌਲ ਹੈ ਇੱਥੇ ਦਾ, ਖੁੱਲਾ ਮਾਹੌਲ ਹੈ। ਖੁੱਲਾ? ਹਾਂਜੀ, ਵਧੀਆ। ਅੱਛਾ, ਹਾਂਜੀ। ਉੱਥੇ ਤਾਂ ਪੰਜਾਬ ਸਾਰੇ ਪੰਜਾਬੀ ਬੋਲਦੇ, ਇੱਥੇ ਕੋਈ ਕੋਈ ਬੋਲਦਾ। ਹਾਂ, ਇਸ ਲਈ ਫਿਰ ਅਸੀਂ ਗਿੱਧਾ ਵੀ ਪਾਉਂਦੇ ਹਾਂ ਪੰਜਾਬੀ 'ਚ। ਅੱਛਾ ਅੱਛਾ, ਗਿੱਧਾ ਵੀ ਤੁਹਾਡੇ ਤੋਂ ਅਸੀਂ ਪਵਾਵਾਂਗੇ। ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਹੋਸਟਲ ਰਹਿੰਦੇ ਹੋ, ਬਾਹਰ ਰਹਿੰਦੇ ਹੋ, ਉੱਥੇ ਬੇਬੇ ਸੀਗੀ, ਹੈ ਨਾ, ਅਤੇ ਕਿੰਨੀ ਕੁ ਯਾਦ ਆਉਂਦੀ? ਬਹੁਤ ਯਾਦ ਤਾਂ ਬਹੁਤ, ਰਾਤ ਨੂੰ ਯਾਦ ਆਉਂਦੀ ਹੈ, ਰੋਟੀ ਖਾਣ ਲੱਗੇ ਯਾਦ ਆਉਂਦੀ ਹੈ। ਕਿੰਨੀ ਯਾਦ ਆਉਂਦੀ? ਬਹੁਤ ਯਾਦ। ਰੋਈ ਨਾ ਭੈਣੇ, ਰੋਈ ਨਾ। ਟੰਗ ਟਵਿਸਟਰ ਇੱਕ ਨਾਲੀ ਵਿੱਚ ਲੀਰ ਰੋੜੇ ਰੋੜ ਲੀਰੇ ਰੋੜ ਨਾਲੀ ਵਿੱਚ ਲੀਰ ਰੋੜ ਰੋੜ ਲੀਰੇ ਰੋੜ। ਇੱਕ ਵਾਰ ਫਿਰ ਨਾ ਦੋ। ਨਾਲੀ ਵਿੱਚ ਲੀਰ ਰੋੜ ਰੋੜ ਲੀਰੇ ਰੋੜ। ਰੋੜ ਨਹੀਂ ਰੋੜੇ, ਕਿਹੜੀ ਬੋਲਣਾ? ਹਾਂਜੀ, ਨਾਲੀ ਵਿੱਚ ਲੀਰ ਰੋੜ ਲੀਰੇ ਰੋੜ, ਨਾਲੀ ਵਿੱਚ ਲੀਰ ਰੋੜ 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 ਰੋੜ ਲੀਰੇ ਰੋੜ। ਤਾੜੀਆਂ ਵੀ ਜਿਹੜੀ ਤਾੜੀ। ਤੋ ਟੀਡੀ ਨੂੰ ਆਪਾਂ ਗਿਫਟ ਦੇਵਾਂਗੇ, ਗਿਫਟ ਹਾਜ਼ਰ ਹੈ, ਦਿੰਦੇ ਹਾਂ ਦਿੰਦੇ ਹਾਂ। ਬਈ ਜੇ ਤੁਹਾਨੂੰ ਰੱਬ ਕਿਸੇ ਹੋਰ ਜੀਵਨ ਵਿੱਚ ਜਨਮ ਦੇਵੇ, ਮਨੁੱਖੀ ਜੀਵਨ ਤੁਹਾਡਾ, ਤਾਂ ਕਿਹੜਾ ਜੀਵਨ ਤੁਹਾਨੂੰ ਪਸੰਦ ਆ? ਹਾਂਜੀ, ਤੋਤਾ। ਇਹਨੂੰ ਤੋਤਾ ਪਸੰਦ ਆ ਜੀ। ਅੱਛਾ, ਤੋਤਾ ਕਿਉਂ ਪਸੰਦ ਆ? ਵਧੀਆ ਮਿੱਠੇ ਫਲ ਖਾਂਦਾ, ਸ਼ਾਂਤੀ ਚਲਦੀ ਚ ਰਹਿੰਦਾ। ਹਾਂ, ਫਿਰ ਮਰ ਗਈ ਮਿੱਠੇ ਫਲ ਖਾਂਦੇ। ਮੋਸਟਲੀ ਫੀਮੇਲਸ ਨੂੰ ਤੋਤਾ ਪਸੰਦ ਹੁੰਦਾ। ਅੱਛਾ ਜੀ, ਤੇ ਮੇਰੀ ਮਮ ਦਾ ਫੇਵਰਿਟ ਹੈ ਤਾਂ ਕਰਕੇ। ਅੱਛਾ, ਇਸ ਕਰਕੇ ਵੀ ਤੁਹਾਨੂੰ, ਤੁਸੀਂ ਤੋਤਾ ਬਣੋਗੇ ਫਿਰ? ਹਾਂਜੀ। ਸਾਰੀ ਜ਼ਿੰਦਗੀ ਉਹ ਵਿਚਾਰੇ ਨੇ ਪਿੰਜਰੇ 'ਚ ਲੰਘ ਜਾਣਾ, ਤੇ ਹੁਣ ਤੁਸੀਂ ਆਜ਼ਾਦ ਹੋ ਤੇ ਉਹ ਫਿਰ ਪਿੰਜਰੇ 'ਚ ਰਹੋਗੇ? ਇਸ ਹਿਸਾਬ ਨਾਲ ਤਾਂ ਮੱਛਰ ਬਣੇ, ਬੰਦਾ ਕਿਤੇ ਮਰਜ਼ੀ ਜਾ ਸਕੇ, ਜਿਹੜਾ ਮਰਜ਼ੀ ਲੜੇ। ਪਸੰਦ ਨਹੀਂ ਹੈ ਨਾ, ਜਿਹੜਾ ਬੰਦਾ ਪਸੰਦ ਨਹੀਂ ਉਹਦਾ ਹੀ ਜਾ ਕੇ ਖੂਨ ਚੂਸੇ ਸਭ ਤੋਂ। ਅੱਛਾ, ਉਹਦੇ ਜਾ ਕੇ ਲੜੀਏ ਫਿਰ? ਓਏ, ਐਡਾ ਵੱਡਾ ਮੱਛਰ ਵੇਖ ਲਓ ਜੀ, ਗੁਲਾਬੀ ਰੰਗ ਦਾ। ਅੱਛਾ, ਤੁਸੀਂ ਮੈਨੂੰ ਦੱਸੋ ਵੀ ਛੇੜ ਕਿਹਦੀ ਕਿਹਦੀ ਪਈ ਹੈ? ਸਾਰਿਆਂ ਦੀ ਨਹੀਂ ਪਾਈ ਤੁਸੀਂ? ਨਹੀਂ ਨਹੀਂ, ਸਾਰਿਆਂ ਨੇ ਮਿਲ ਕੇ। ਅੱਛਾ, ਸਾਰਿਆਂ ਨੇ ਰਲ ਮਿਲ ਕੇ ਇੱਕ ਰਜਿਸਟਰ ਖੋਲ ਲਿਆ ਵੀ ਆਹ ਤੇਰੀ ਛੇੜ। ਹਾਂ, ਮੋਚਰ ਨੇ ਡਾਲੀ ਹੈ ਕਿਉਂਕਿ ਇੱਕ ਦੀ ਛੇੜ ਪਾਉਨੇ ਆ। ਹਾਂ, ਫਿਰ ਬਾਅਦ ਚ ਉਹ ਰਲ ਕੇ। ਦੱਸੋ ਨਾ ਫਿਰ ਕਿਹਦੀ ਕੀ ਛੇੜ ਹੈ, ਦੱਸੋ ਮੈਨੂੰ। ਸਾਡੇ ਗਰੁੱਪ ਦਾ ਨਾਮ ਹੈ ਭੰਗ ਦਾ ਪਕੌੜਾ ਗਰੁੱਪ। ਭੰਗ ਦਾ ਪਕੌੜਾ ਗਰੁੱਪ? ਇਹ ਭੰਗ ਦਾ ਪਕੌੜਾ ਗਰੁੱਪ ਹੈ ਜੀ। ਅੱਛਾ ਜੀ, ਤੇ ਇਕੱਲੇ ਇਕੱਲੇ ਦੀ ਛੇੜ ਨਹੀਂ ਹੈਗੀ ਇਹ ਨਹੀਂ ਛੇੜ? ਇਹ ਤਾਂ ਮੈਨੂੰ ਪਤਾ ਲੱਗਦਾ ਮੇਰੀ ਕੀ ਛੇੜ ਹੋਣੀ ਹੈ। ਕੀ ਹੈ? ਛੋਟੀ ਆਬਵੀਅਸ ਛੋਟਾ ਪੈਕੇਟ ਬੜਾ ਧਮਾਕਾ। ਅੱਛਾ, ਇਹ ਹੈ ਜੀ ਸਾਡਾ ਛੋਟਾ ਪੈਕੇਜ ਬੜਾ ਧਮਾਕਾ। ਅੱਛਾ, ਇਹਨਾਂ ਦੀ ਛੇੜ ਕੀ? ਮਾਮੀ। ਇਹ ਮਾਮੀ ਹੈ ਜੀ ਸਾਡੀ ਗੁਲਾਬੀ ਸੂਟ 'ਚ। ਅੱਛਾ, ਤੁਹਾਡੀ ਛੇੜ ਕੀ ਹੈ ਜੀ? ਹੈ ਜੀ, ਚਾਚੀ ਨਖਰੋ। ਚਾਚੀ ਨਖਰੋ ਹੈ ਜੀ ਇਹਨਾਂ ਦੀ ਜੀ। ਆਹ ਸ਼ਰੀਫ 'ਚ ਲਾ ਦੇ ਮੈਨੂੰ। ਹੈ ਜੀ, ਕੋਈ ਛੇੜ ਨਹੀਂ। ਹੈ ਜੀ, ਇਹ ਜੀਤੋ ਕਿਉਂ ਕਹਿੰਦੇ ਇਹਨਾਂ ਨੂੰ? ਹੈ ਜੀ, ਕਰਕੇ ਦਿਖਾਓ, ਕਰਕੇ ਦਿਖਾਓ, ਕਿੱਦਾਂ ਜੀ? ਆਏ ਹਾਏ ਨਖਰਾ। ਅੱਛਾ, ਇੱਕ ਬਹੁਤ ਭੈੜਾ ਗਰੁੱਪ ਹੈ ਬਾਈ। ਬੰਤੋ, ਸ਼ਾਂਤੋ, ਜੀਤੋ, ਹੋਰਾ ਟਿੱਡੀ, ਹੈ ਜੀ, ਭੰਗ ਦਾ ਪਕੌੜਾ, ਚੰਗੇ ਨਾਂ ਰੱਖੇ ਆ। ਅਤੇ ਮੈਨੂੰ ਇਹ ਦੱਸੋ ਮੁੰਡੇ ਕਿਵੇਂ ਫੁਕਰੀ ਮਾਰੇ? ਸਪੋਜ਼ ਕਰੋ ਤੁਸੀਂ ਫੁਕਰਾ ਮੁੰਡਾ ਹੋ, ਤੁਸੀਂ ਹੈਂ ਵੇਖਦੇ ਤਾਂ ਹੈ ਹੀ ਤੁਸੀਂ, ਕਿਵੇਂ ਫੁਕਰੀ ਮਾਰ ਗਏ ਮੁੰਡੇ? ਚੱਲ ਚੁੱਲ ਕੇ ਦਿਖਾਓ ਬਈ। ਹਾਂਜੀ, ਪ੍ਰਭ ਬਾਈ। ਅੱਛਾ, ਹੋਰ ਇਹ ਫੁਕਰੀ ਹੋ ਗਈ? ਹਾਂ, ਹੋਰ ਅੱਛਾ ਵੀ ਉਹ ਕਦੋਂ ਵੀ ਊਂ ਹੀ ਮਸਤੀ ਜੀ ਚ ਆਪਣੀ ਗੱਡੀ ਕੱਢ ਲਾ, ਆਪਾਂ ਚੱਲਦੇ ਆ ਫਿਰ ਗੇੜੀ ਗੁੜੀ ਤੇ ਯਾਰ। ਕਿੱਦਾਂ ਡਿੱਡੀ? ਪਤਾ ਲੱਗਦਾ ਬਾਈ ਯਾਰ, ਨਾਲ ਲੈ ਜਾ ਘਰ ਤੱਕ, ਪਲੀਜ਼ ਲਿਫਟ ਦੇ ਦੇ ਅੱਜ ਤੱਕ। ਸੋ ਭੰਗ ਦਾ ਪਕੌੜਾ ਗਰੁੱਪ ਬਹੁਤ ਬੇਇੱਜ਼ਤੀ ਕਰੀ ਜਾਂਦੇ ਮੁੰਡਿਆਂ ਦੀ। ਸੋ ਪਵਾਈਏ ਜੀ ਗਿੱਧਾ ਫਿਰ ਭੰਗ ਦੇ ਪਕੌੜਿਆਂ ਕੋਲੋਂ। ਤਿਆਰ ਹੋ ਜੀ ਤੁਹਾਡੇ ਸਾਹਮਣੇ ਗਿੱਧਾ।
काफ़ी भंगड़ा पाया भी काफ़ी बोलियां गिद्धा। सो सवाल आ गया जी, एसजी कॉलेज का यह ग्रुप से जी की नाम से ग्रुप का भंग का पकौड़ा ग्रुप कंटीनी मंडीर वालों। इन्होंने बहुत सारिया विशेज जी जिथे भी इन्होंने परफॉर्म करना है, जोड़ा भी इन्होंने फैसटिवल लड़ना, तो एम एच वन की पूरी टीम वालों इन्होंने गिफ्ट देने का बनते हैं। एड्डा जोर लगा कुड़ियों का, आओ जी आओ गिफ्ट चको 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 आ टिडी किदा आ लो जी। थैंक यू जी, थैंक यू, इधर भी रह गए जी, थैंक यू जी, थैंक यू। सो यह जी सफर एससी कॉलेज सैक्टर 32 चंडीगढ़ का। तो अगले हफ्ते एक नवे कैंपस एक नवे कॉलेज के मैं थोड़ा लैके आऊँगा। प्यार करते रहो प्रोग्राम में कंटीनी मंडीर के, वैसे जान जी नहीं करता हजे होर जी कर दो कितों कुतों पाइए, पर देखो जी समा इजाजत नहीं दिता, हूँ जाने का वेला हो गया। ख्याल रखियो अपना, खुश रहो, सत श्री अकाल जी।